ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਵਾਂ ਜਿਹੜਾ ਜਮਹੂਰੀਅਤ ਦੇ ਜਿਹੜੇ ਚਾਰ ਥੰਮ ਮੰਨੇ ਗਏ ਨੇ ਪਿਲਰਸ ਆਫ ਡੈਮੋਕਰੇਸੀ ਸਭ ਤੋਂ ਇੰਪੋਰਟੈਂਟ ਹੈ ਲੈਜਿਸਲੇਚਰ ਉਸ ਤੋਂ ਅੱਗੇ ਹੈ ਉਸ ਐਗਜ਼ੀਕਿਟਿਵ ਉਸ ਤੋਂ ਬਾਅਦ ਆਉਂਦੀ ਜੁਡੀਸ਼ਰੀ ਔਰ ਉਸ ਤੋਂ ਬਾਅਦ ਇੱਕ ਚੌਥਾ ਥੰਮ ਗਿਣਿਆ ਗਿਆ ਮੀਡੀਆ ਆਜ਼ਾਦ ਮੀਡੀਆ ਔਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਦੇ ਵਿੱਚ ਅਰਸੇ ਤੋਂ ਇਸ ਮੌਜੂਦਾ ਬਾਦਲ ਸਰਕਾਰ ਨੇ ਗੜਾ ਕੁੱਟਿਆ ਹੋਇਆ ਅਨਐਲਾਨੀ ਸੈਂਸਰਸ਼ਿਪ ਲਾਗੂ ਕੀਤੀ ਹੋਈ ਹੈ ਹਰ ਕਿਸਮ ਦੇ ਮੀਡੀਆ ਦੇ ਉੱਤੇ ਜੇ ਮੈਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰਦਾ ਇਹਨਾਂ ਦੇ ਪੀਟੀਸੀ ਚੈਨਲ ਤੋਂ ਇਲਾਵਾ ਦੂਜਾ ਕੋਈ ਚੈਨਲ ਨਹੀਂ ਚੱਲ ਸਕਦਾ ਡੇ ਐਂਡ ਨਾਈਟ ਟੈਲੀਵਿਜ਼ਨ ਇਹਨਾਂ ਨੇ ਬੰਦ ਕਰਾਇਆ ABP ਸਾਂਝਾ ਇਹਨਾਂ ਨੇ ਉਹਦਾ ਬਾਹਾਂ ਮਰੋੜ ਕੇ ਬੰਦ ਕਰਾ ਦਿੱਤਾ ਉਹੀ ਚੈਨਲ ਚੱਲ ਸਕਦੇ ਨੇ ਜਿਹੜੇ ਇਹਨਾਂ ਨੂੰ ਰਾਇਲਟੀ ਦੇਣ ਫਾਸਟਵੇ ਕੇਬਲ ਨੈਟਵਰਕ ਜਿਹੜੀ ਕੰਪਨੀ ਆ ਇੱਕ ਸੁਖਬੀਰ ਦੇ ਹੱਥ ਟੋਕਿਆਂ ਦੀ ਜਾਂ ਪੀਟੀਸੀ ਚੈਨਲ ਇੱਥੇ ਆਜ਼ਾਦ ਚੱਲ ਸਕਦਾ ਇਸੇ ਤਰ੍ਹਾਂ ਹੀ ਜਿਹੜਾ ਪ੍ਰਿੰਟ ਮੀਡੀਆ ਵੀ ਅਖਬਾਰਾਂ ਨੇ ਉਹਦਾ ਕੁਛ ਹੱਦ ਤੱਕ ਆਜ਼ਾਦੀ ਆ ਲੇਕਿਨ ਬਹੁਤ ਸਾਰੀਆਂ ਅਖਬਾਰਾਂ ਨੂੰ ਹਰ ਵਕਤ ਸਰਕਾਰੀ ਇਸ਼ਤਿਹਾਰਾਂ ਦੀ ਲੋੜ ਹੁੰਦੀ ਹੈ ਜਦ ਤੱਕ ਸਰਕਾਰ ਉਹਨਾਂ ਨੂੰ ਇਸ਼ਤਿਹਾਰ ਨਹੀਂ ਦਿੰਦੀਆਂ ਉਹ ਇਕਨੋਮਿਕਲੀ ਵਾਇਬਲ ਨਿਊਜ਼ ਪੇਪਰਸ ਨਹੀਂ ਹੋ ਸਕਦੇ ਸੋ ਉਹ ਆਜ਼ਾਦ ਨੇ ਲੇਕਿਨ ਲਿਮਿਟਡ ਆਜ਼ਾਦੀ ਹੈ ਲੇਕਿਨ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਅੱਜ ਦੇ ਯੁੱਗ ਵਿੱਚ ਦੁਨੀਆ 'ਚ ਜਿਹੜਾ ਸਭ ਤੋਂ ਆਜ਼ਾਦ ਮੀਡੀਆ ਮੰਨਿਆ ਗਿਆ ਉਹ ਹੈ ਸੋਸ਼ਲ ਮੀਡੀਆ ਫੇਸਬੁੱਕ ਹੋ ਗਿਆ ਟਵਿੱਟਰ ਹੋ ਗਿਆ ਵਟਸਐਪ ਹੋ ਗਿਆ ਔਰ ਇਸ ਦੇ ਰਾਹੀਂ ਵਿਸ਼ਵ ਦੇ ਵਿੱਚ ਲੋਕ ਖੁੱਲ੍ਹ ਕੇ ਆਪਣੀ ਗੱਲ ਰੱਖ ਰਹੇ ਸੀਗੇ ਲੇਕਿਨ ਇਹਦਾ ਵੀ ਗੜਾ ਕੁੱਟਣ ਤੇ ਆ ਗਈ ਆ ਇੱਥੋਂ ਦੀ ਬਾਦਲ ਸਰਕਾਰ ਔਰ ਇਹ ਉਹ ਸਰਕਾਰ ਆ ਖੌਤੀ ਪੰਥਕ ਜਿਹੜੀ 1975 ਦੀ ਐਮਰਜੈਂਸੀ ਦੇ ਵਿੱਚ ਇਹਨਾਂ ਨੇ ਬਹੁਤ ਮੋਹਰੇ ਹੋ ਕੇ ਲੜਾਈ ਲੜੀ ਉਸ ਵਕਤ ਵੀ ਮੀਡੀਆ ਤੇ ਸੈਂਸਰਸ਼ਿਪ ਲਾਗੂ ਹੋਈ ਸੀਗੀ ਔਰ ਉਸ ਦੇ ਖਿਲਾਫ ਇਹਨਾਂ ਨੇ ਮੋਰਚਾ ਖੋਲਿਆ ਲੜਾਈ ਲੜੀ ਲੇਕਿਨ ਬਾਦਲ ਵਰਗਾ ਇੱਕ ਤਜਰਬੇਕਾਰ ਆਗੂ ਜਿਹੜਾ ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਅ ਦੇ ਵਿੱਚ ਆ ਉਹਨੇ ਆਣ ਕੇ ਸਾਰੇ ਜ਼ਿੰਦਗੀ ਦੇ ਆਪਣੇ ਹੀ ਘੜੇ ਅਸੂਲਾਂ ਨੂੰ ਛਿੱਕੇ ਤੇ ਟੰਗ ਕੇ ਤੇ ਹੁਣ ਹਰ ਕਿਸਮ ਦੇ ਮੀਡੀਆ ਨੂੰ ਗੈਗ ਕਰਨ ਤੇ ਆ ਗਏ ਮੈਂ ਤੁਹਾਨੂੰ ਚਾਰ ਇੰਪੋਰਟੈਂਟ ਉਹ ਵਿਅਕਤੀ ਜਿਨ੍ਹਾਂ ਦਾ ਪਿਛਲੇ ਦਿਨਾਂ 'ਚ ਇਹਨਾਂ ਨੇ ਉਹਨਾਂ ਨੂੰ ਸਾਜਿਸ਼ ਦੇ ਤਹਿਤ ਪੁਲਿਸ ਨੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰਤਾ ਪਰਚੇ ਝੂਠੇ ਦਰਜ ਕਰਨ ਸ਼ੁਰੂ ਕਰਤੇ ਆ ਤਾਂ ਕਿ ਸੋਸ਼ਲ ਮੀਡੀਆ ਦੇ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਖੁੱਲ੍ਹ ਕੇ ਸਾਰੀ ਦੁਨੀਆ ਭਰ ਦੇ ਜਿਹੜੇ ਪੰਜਾਬੀ ਸੀ ਜਾਂ ਜਿਹੜੇ ਲੋਕ ਪੰਜਾਬ ਨਾਲ ਤੁਲਕ ਰੱਖਦੇ ਨੇ ਉਹ ਆਪਣੀਆਂ ਖੁੱਲ੍ਹ ਕੇ ਗੱਲਾਂ ਕਹਿ ਰਹੇ ਸੀ ਵੀਡੀਓਜ਼ ਲਿਖ ਰਹੇ ਸੀ ਪੋਸਟ ਪਾ ਰਹੇ ਸੀਗੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਜਿਹੜੀਆਂ ਕਿ ਮੌਜੂਦਾ ਸਰਕਾਰ ਪੰਜਾਬ ਦੀਆਂ ਜਿਹੜੀਆਂ ਗਲਤ ਕੰਮ ਕਰਦੇ ਨੇ ਜਿਹੜੀਆਂ ਅਨਕੌਂਸਟੀਟਿਊਸ਼ਨਲ ਔਰ ਝੂਠੀਆਂ ਗੱਲਾਂ ਇਹ ਕਰਦੇ ਨੇ ਔਰ ਜਾਂ ਜ਼ਿਆਦਤੀਆਂ ਕਰਦੇ ਨੇ ਉਹਦੇ ਖਿਲਾਫ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਤਾਂ ਇਹਨਾਂ ਨੂੰ ਬੜਾ ਦੁੱਖ ਲੱਗਦਾ ਸੀਗਾ ਤੁਸੀਂ ਪੜਿਆ ਸਾਰਿਆਂ ਨੇ ਕਿ ਬਲਤੇਜ ਸਿੰਘ ਪੰਨੂ ਜਿਹੜੇ ਕਿ ਕੈਨੇਡੀਅਨ ਸਿਟੀਜ਼ਨ ਨੇ ਲੇਕਿਨ ਪਿੱਛੇ ਪਟਿਆਲੇ ਦੇ ਰਹਿਣ ਵਾਲੇ ਨੇ ਉਹ ਅਰਸੇ ਤੋਂ ਬੜੀ ਆਜ਼ਾਦੀ ਦੇ ਨਾਲ ਬੜੀ ਬੇਬਾਕੀ ਦੇ ਨਾਲ ਆਪਣੀਆਂ ਗੱਲਾਂ ਕਰ ਰਹੇ ਸੀ ਔਰ ਇਹ ਸਰਕਾਰ ਨੂੰ ਬੜਾ ਜਿਹਨੂੰ ਕਹਿੰਦੇ ਕਿ ਸਾਹਮਣੇ ਉਹ ਟੱਕਰ ਰਹੇ ਸੀਗੇ ਇਹਨਾਂ ਨੂੰ ਇਹ ਮਨਜ਼ੂਰ ਨਹੀਂ ਸੀਗਾ ਔਰ ਹੁਣ ਪਤਾ ਲੱਗਿਆ ਕਿ ਕੱਲ ਪਰਸੋਂ ਦਾ ਉਹਨਾਂ ਨੂੰ ਇੱਕ ਪੁਰਾਣੇ ਬਲਾਤਕਾਰ ਦੇ ਕੇਸ ਵਿੱਚ ਬਲਤੇਜ ਸਿੰਘ ਪੰਨੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਾ ਔਰ ਤੁਹਾਨੂੰ ਪਤਾ ਕਿ ਕਿੱਦਾਂ ਦਾ ਇੱਥੇ ਹਨੇਰਗਰਦੀ ਮਚੀ ਹੋਈ ਪੰਜਾਬ ਪੁਲਿਸ ਦੀ ਜੋ ਵੀ ਬਣਾ ਦੇਣ ਜਿੱਦਾਂ ਦੇ ਵੀ ਇਲਜ਼ਾਮ ਲਾ ਦੇਣ ਆਪਣੇ ਆਪ ਨੂੰ ਸਫਾਈ ਪੇਸ਼ ਕਰਦਿਆਂ ਅਦਾਲਤਾਂ ਤੱਕ ਜਾਂਦਿਆਂ ਅਰਸਾ ਲੱਗ ਜਾਂਦਾ ਸੋ ਇੱਕ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਕੀਤੀ ਟੂ ਕਰਬ ਇੰਡੀਪੈਂਡੈਂਟ ਮੀਡੀਆ ਬਲਤੇਜ ਸਿੰਘ ਪੰਨੂ ਦੀ ਅਰੈਸਟ ਨੂੰ ਅਸੀਂ ਕੰਡੈਮ ਕਰਦੇ ਹਾਂ ਔਰ ਚੰਦ ਦਿਨ ਪਹਿਲਾਂ ਜਿਹੜੇ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਜਿਹੜੇ ਸਾਡੇ ਹੀ ਆਪਣੇ ਪੰਜਾਬ ਦੇ ਬਹੁਤ ਹੋਣਹਾਰ ਨੌਜਵਾਨ ਹੈ ਜਿਹੜਾ ਕਿ ਡਿਫਰੈਂਟ ਇਲੈਕਟ੍ਰੋਨਿਕ ਮੀਡੀਆ ਵਿਸ਼ਵ ਦੇ ਵਿੱਚ ਗਲੋਬਲ ਟੀਵੀ ਨੂੰ ਜਸ ਟੀਵੀ ਨੂੰ ਜਾਂ ਉਹਨਾਂ ਨੇ ਆਪਣਾ ਆਨਲਾਈਨ ਇੱਕ ਜਿਹੜਾ ਟਾਕਿੰਗ ਪੰਜਾਬ ਬਣਾਇਆ ਉਹਦੇ 'ਤੇ ਬੜੀ ਅੱਛੀ ਪੁਆਇੰਟ ਆਫ ਵਿਊ ਪੰਜਾਬੀਆਂ ਦਾ ਸਿੱਖਾਂ ਦਾ ਔਰ ਇਸ ਸਰਕਾਰ ਦੇ ਖਿਲਾਫ ਨਿਰੰਤਰ ਲੜਾਈ ਲੜ ਰਹੇ ਸੀ ਕੁਛ ਦਿਨਾਂ ਤੋਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਕੋਈ ਪੁਰਾਣਾ ਟਾਡਾ ਦਾ ਕੇਸ ਸੀਗਾ ਤੀਸਰਾ ਮੈਂ ਕਹਿਣਾ ਚਾਹੁੰਦਾ ਰਘਬੀਰ ਸਿੰਘ ਭਰੋਵਾਲ ਜਿੱਦਾਂ ਬਲਤੇਜ ਪੰਨੂ ਐਕਟਿਵ ਹੈ ਸੋਸ਼ਲ ਮੀਡੀਆ ਤੇ ਇਦਾਂ ਚੰਦ ਆਦਮੀ ਬੜੇ ਇਫੈਕਟਿਵਲੀ ਡੀਲ ਕਰ ਰਹੇ ਸੀਗੇ ਸਾਰੀਆਂ ਗੱਲਾਂ ਨੂੰ ਰਘਬੀਰ ਸਿੰਘ ਭਰੋਵਾਲ ਦੇ ਬੜੇ ਨਜ਼ਦੀਕੀ ਰਿਸ਼ਤੇਦਾਰ ਨੂੰ ਲੁਧਿਆਣੇ ਦੀ ਪੁਲਿਸ ਨੇ 3-4 ਦਿਨ ਪਹਿਲਾਂ ਮਨ ਘੜਤ ਕਹਾਣੀਆਂ ਤੇ ਗ੍ਰਿਫਤਾਰ ਕਰ ਰਿਹਾ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਔਰ ਚੌਥਾ ਮੈਂ ਸਮਝਦਾ ਕਿ ਮੇਰਾ ਇੱਕ ਛੋਟਾ ਵੀਰ ਹੈ ਕੈਲੀਫੋਰਨੀਆ ਤੋਂ ਜੋਧਵੀਰ ਸਿੰਘ ਜੋਧਾ ਤੁਸੀਂ ਸਾਰੇ ਦੇਖਦੇ ਹੋ ਉਹਦੀਆਂ ਵੀਡੀਓਜ਼ ਬੜੀਆਂ ਪਾਪੂਲਰ ਹੁੰਦੀਆਂ ਬੜੀਆਂ ਸਟਾਇਰ ਨਾਲ ਬੜੇ ਅੱਛੇ ਤਰੀਕੇ ਨਾਲ ਬੜੇ ਅੱਛੇ ਹਿਊਮਰ ਦੇ ਨਾਲ ਉਹ ਜਿਹੜੇ ਇੱਥੋਂ ਦੇ ਪੰਜਾਬ ਦੇ ਤੱਤ ਮੂਰੇ ਲੈ ਕੇ ਇਹ ਚਾਰ ਬੰਦਿਆਂ ਨੂੰ ਡਰਾਉਣ ਧਮਕਾਉਣ ਦੀ ਨਜ਼ਰੀਏ ਨਾਲ ਤਾਂ ਕਿ ਆਪਣਾ ਮੂੰਹ ਬੰਦ ਕਰ ਲੈਣ ਅਗਰ ਇਹ ਚਾਰ ਬੰਦ ਹੋ ਜਾਣਗੇ ਤਾਂ ਅਸੀਂ 4000 ਨੂੰ ਪੰਜਾਬ ਦੇ ਜਿਹੜੇ ਲੋਕ ਆਪਣੀ ਗੱਲ ਰੱਖਦੇ ਨੇ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਡਰਾਵਾਂਗੇ ਮੈਂ ਸਮਝਦਾ ਇਹ ਬਹੁਤ ਨਿੰਦਣਯੋਗ ਘਟੀਆ ਔਰ ਬਹੁਤ ਛੋਟੇ ਪੈਮਾਨੇ ਦੀ ਰਾਜਨੀਤੀ ਤੋਂ ਉਤਰ ਗਏ ਇਹ ਜਿਹੜੇ ਦੋਵੇਂ ਬਾਦਲ ਅਤੇ ਇਹਨਾਂ ਦਾ ਟੱਬਰ ਤੇ ਇਹਨਾਂ ਦੀ ਸਰਕਾਰ ਆਓ ਪੰਜਾਬੀਓ ਆਪਾਂ ਰਲ ਕੇ ਕਿਉਂਕਿ ਆਪਾਂ ਇੱਕ ਆਜ਼ਾਦ ਮੁਲਕ ਚ ਆ ਵੀ ਆਰ ਟੂ ਸਪੋਜ਼ ਵੀ ਹੈਵ ਦ ਰਾਈਟ ਟੂ ਫਰੀਡਮ ਸਾਡੇ ਸੰਵਿਧਾਨ ਦਾ ਜਿਹੜਾ ਪ੍ਰੀਐਂਬਲ ਹੈ ਜਿਹੜਾ ਉਹਦੇ ਚ ਮੁੱਢਲੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਚ ਰਾਈਟ ਟੂ ਫਰੀਡਮ ਟੂ ਸਪੀਚ ਆ ਜੇ ਅਸੀਂ ਬੋਲ ਹੀ ਨਹੀਂ ਸਕਦੇ ਆਪਣੇ ਵਿਚਾਰ ਹੀ ਨਹੀਂ ਰੱਖ ਸਕਦੇ ਤੇ ਲਾਨਤ ਹੈ ਇਸ ਤਰ੍ਹਾਂ ਦੇ ਜਮਹੂਰੀਅਤ ਜਿਹੜੀ ਪੰਜਾਬ ਦੇ ਵਿੱਚ ਇਹ ਪ੍ਰਚਲਿਤ ਕਰ ਰਹੇ ਨੇ ਇਹਨੂੰ ਆਪਾਂ ਸਾਰੇ ਰਲ ਮਿਲ ਕੇ ਇਹਦਾ ਇਹਨੂੰ ਇਹਦਾ ਰੱਜ ਕੇ ਇਸ ਨੂੰ ਆਪਾਂ ਇਹਦੀ ਨਿਖੇਧੀ ਕਰੀਏ ਮੋਹਰੇ ਆਈਏ
ਔਰ ਸੋਸ਼ਲ ਮੀਡੀਆ ਤੇ ਇੱਕ ਇਸ ਤਰ੍ਹਾਂ ਦਾ ਪ੍ਰੈਸ਼ਰ ਬਿਲਡ ਕਰੀਏ ਕਿ ਗਵਰਨਮੈਂਟ ਨੂੰ ਇਹਨਾਂ ਵਿਅਕਤੀਆਂ ਨੂੰ ਰਿਲੀਜ਼ ਕਰਨਾ ਪਵੇ। ਇਹ ਇਸ ਮਕਸਦ ਨਾਲ ਮੈਂ ਤੁਹਾਡੇ ਸਾਹਮਣੇ ਅੱਜ ਫਰਿਆਦ ਰੱਖੀ। ਮੈਨੂੰ ਪੂਰਾ ਨਾ ਸਕਿਆ ਤੁਸੀਂ ਸਾਰੇ ਇਸ ਇੰਪੋਰਟੈਂਟ ਗੱਲ ਵੱਲ ਮੀਡੀਆ ਦੀ ਆਜ਼ਾਦੀ ਤੇ ਧਿਆਨ ਦਿਓਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।